ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਯੂਪੀ ਦੇ ਵਿੱਚ ਮੋਦੀ ਸਰਕਾਰ ਨੇ ਜੋਗੀ ਨਿਤਿਆਨਾਥ ਨੇ ਜਿਹੜਾ ਆਪਣਾ ਝੰਡਾ ਸੀਗਾ ਉਹ ਭਗਵਾ ਝੰਡਾ ਉੱਪਰ ਰੱਖਿਆ ਤੇ ਤਿਰੰਗਾ ਝੰਡਾ ਨਹੀਂ ਮਾਰਿਆ। ਮਸਲਾ ਜਿਹੜਾ ਇਹ ਕਿਸੇ ਧਰਮ ਦਾ ਕਿਸੇ ਫਿਰਕੇ ਦਾ ਨਹੀਂਗਾ, ਇਹ ਮਸਲਾ ਸਾਡੀ ਰੋਟੀ ਦਾ ਵੀਰ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਜਿਹੜੀ ਬੀਜੇਪੀ ਦੇ ਆਪਣੇ ਦਫ਼ਤਰ ਦੇ ਉੱਤੇ ਸਿਰਫ ਜਿਹੜਾ ਭਗਵਾ ਝੰਡਾ ਹੀ ਲਹਿਰਾਇਆ, ਤਿਰੰਗਾ ਝੰਡਾ ਨਹੀਂ ਲਹਿਰਾਇਆ। ਯੂਪੀ ਦੇ ਵਿੱਚੋਂ ਲਿਆ ਕੇ 30-30 ਹਜ਼ਾਰ ਦੇ ਉੱਤੇ ਗੁੰਡੇ ਉੱਥੇ ਮੁਸਲਮਾਨ ਮਰਵਾਏ ਸੀ, ਉਹੀ ਜਿਹੜਾ ਪ੍ਰੋਗਰਾਮ ਸੀ ਉਹ ਇੱਥੇ ਵੀ ਇਹੀ ਕਰਨਾ ਚਾਹੁੰਦੇ ਸੀਗੇ। ਜਿਹੜਾ ਲੋਕਤੰਤਰ ਹੈ ਉਹ ਵੀ ਇਸ ਦੇਸ਼ ਦਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਰਹੇਗਾ। RSS ਨੂੰ ਮੂੰਹ ਦੀ ਖਾਣੀ ਪਏਗੀ, ਮੋਦੀ ਨੂੰ ਮੂੰਹ ਦੀ ਖਾਣੀ ਪਏਗੀ ਔਰ ਲੋਕਾਂ ਦੀ ਜਿੱਤ ਹੋਏਗੀ। ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਜਾਰੀ ਹੈ। ਜਿੱਥੇ ਦਿੱਲੀ ਦੇ ਵਿੱਚ ਕਿਸਾਨ ਲਗਾਤਾਰ ਲੱਖਾਂ ਦੀ ਤਾਦਾਦ ਦੇ ਵਿੱਚ ਬੈਠੇ ਆ, ਉੱਥੇ ਹੀ ਪੂਰੇ ਜੇ ਆਪਾਂ ਗੱਲ ਕਰੀਏ ਜ਼ਿਲ੍ਹਿਆਂ ਦੀ, ਪੰਜਾਬ ਦੇ ਵਿੱਚ ਅਤੇ ਹੋਰ ਪ੍ਰਾਂਤਾਂ ਦੇ ਵਿੱਚ ਵੀ ਜਿਹੜੇ ਕਿਸਾਨ ਆ ਉਹ ਸੰਘਰਸ਼ ਲੜਦੇ ਆ ਰਹੇ ਆ। ਅਤੇ ਅੱਜ ਜਿਹੜੀ ਕਿਸਾਨਾਂ ਵੱਲੋਂ ਭੁੱਖ ਹੜਤਾਲ ਦੀ ਕਾਲ ਸੀ ਅਤੇ ਉਸ 'ਤੇ ਗੱਲ ਕਰੀਏ ਤਾਂ ਮਾਨਸਾ ਦੇ ਵਿੱਚ ਵੀ ਅੱਜ ਜਿਹੜੇ ਕਿਸਾਨ ਹੈਗੇ ਰੇਲਵੇ ਸਟੇਸ਼ਨ ਮਾਨਸਾ 'ਤੇ ਧਰਨਾ ਪ੍ਰਦਰਸ਼ਨ ਦੇ ਰਹੇ ਆ ਅਤੇ ਉਹ ਵੀ ਅੱਜ ਭੁੱਖ ਹੜਤਾਲ ਇੱਥੇ ਉਹਨਾਂ ਵੱਲੋਂ ਕੀਤੀ ਹੋਈ ਆ। ਅਤੇ ਕਿਸਾਨ ਲਗਾਤਾਰ ਜਿਹੜੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀਆਂ ਗੱਲਾਂ ਕਰ ਰਹੇ ਆ, ਪਰ ਕੇਂਦਰ ਸਰਕਾਰ ਲੰਬੇ ਸਮੇਂ ਤੋਂ ਗੱਲਾਂ ਬਾਤਾਂ ਦੇ ਵਿੱਚ ਹੀ ਸਾਰ ਰਹੀ ਆ, ਨਾ ਕਿ ਕੋਈ ਵਾਜਬ ਉਹਦਾ ਹੱਲ ਕੱਢ ਕੇ ਉਹਦਾ ਕੋਈ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕਰ ਰਹੀ ਆ। ਜਿੱਥੇ ਲਗਾਤਾਰ ਕਿਸਾਨ ਧਰਨੇ ਚੱਲ ਰਹੇ ਆ, ਕਿਸਾਨ ਸੰਘਰਸ਼ ਨੂੰ ਲਗਾਤਾਰ ਤਿੱਖਾ ਕੀਤਾ ਜਾ ਰਿਹਾ, ਉੱਥੇ ਹੀ ਹੁਣ ਅੱਜ ਤੋਂ ਜਿਹੜੀ ਭੁੱਖ ਹੜਤਾਲ ਸ਼ੁਰੂ ਹੋਈ ਆ। ਸਾਡੇ ਨਾਲ ਆਗੂ ਨੇ ਗੱਲ ਕਰਾਂਗੇ ਉਹਨਾਂ ਨਾਲ, ਕੀ ਕਹਿਣਾ ਉਹਨਾਂ ਦਾ। ਮੋਫਰ ਸਾਹਿਬ, ਅੱਜ ਕਿਸਾਨ ਸੰਘਰਸ਼ ਵੱਲੋਂ ਜਿਹੜੀ ਕਾਲ ਆਈ ਹੋਈ ਸੀਗੀ ਭੁੱਖ ਹੜਤਾਲ ਦੀ, ਤੁਹਾਡੇ ਵੱਲੋਂ ਵੀ ਭੁੱਖ ਹੜਤਾਲ ਆ ਗਈ, ਅਤੇ ਕੀ ਕਹੋਗੇ ਤੁਸੀਂ? ਮੈਂ ਚਰ ਮੋਫਰ, ਸੂਬਾ ਪ੍ਰਧਾਨ ਮੁਸਲਿਮ ਫਰੰਟ ਪੰਜਾਬ। ਕਿਉਂਕਿ ਮੁਸਲਿਮ ਫਰੰਟ ਪੰਜਾਬ ਵੀ ਕਿਸਾਨੀ ਅਤੇ ਕਿਰਤ ਨਾਲ ਜੁੜਿਆ ਹੋਇਆ, ਇਹਦੇ ਜਿਹੜੇ ਸਾਰੇ ਲੋਕ ਨੇ ਕਿ ਮੁਸਲਿਮ ਭਾਈਚਾਰੇ ਦੇ ਲੋਕ ਨੇ, ਉਹ ਕਿਸਾਨ ਵੀ ਨੇ, ਕਿਰਤੀ ਵੀ ਨੇ, ਦੁਕਾਨਦਾਰ ਵੀ ਨੇ, ਆੜ੍ਹਤੀਏ ਵੀ ਨੇ, ਹਰ ਵਰਗ ਦੇ ਵਿੱਚ ਨੇ ਕਿ ਅੱਜ ਅਸੀਂ ਜਿਹੜਾ ਇਹ ਦਿਨ ਹੈ ਸਦਭਾਵਨਾ ਦਿਵਸ ਵਜੋਂ ਮਨਾ ਰਹੇ ਹਾਂ। ਇਹ ਸਦਭਾਵਨਾ ਦਿਵਸ ਜਿਹੜਾ ਹੈਗਾ ਇਹਦਾ ਪਿਛੋਕੜ ਕੀ ਹੈ, ਕਿਉਂਕਿ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਜਿਹੜੇ ਸਾਡੇ ਰਾਸ਼ਟਰ ਪਿਤਾ ਸੀ, ਉਹਨਾਂ ਨੂੰ RSS ਦੇ ਹੀ ਕਾਰਕੁਨ ਨੱਥੂ ਰਾਮ ਗੋਡਸੇ ਨੇ ਸ਼ਹੀਦ ਕੀਤਾ ਸੀ। ਜਿਸ ਕਰਕੇ ਜਿਸ ਤਰ੍ਹਾਂ ਦਾ ਪ੍ਰਚਾਰ ਮੋਦੀ ਸਰਕਾਰ ਕਰ ਰਹੀ ਹੈ, ਅਪਮਾਨ ਦੀ ਗੱਲ ਕਰ ਰਹੀ ਹੈ, ਜਿਸ ਸੰਸਥਾ ਦੇ ਇੱਕ ਮੈਂਬਰ ਨੇ ਇੱਕ ਰਾਸ਼ਟਰ ਪਿਤਾ ਨੂੰ ਮਾਰਿਆ ਹੋਵੇ, ਉਸਨੂੰ ਸ਼ਹੀਦ ਕੀਤਾ ਹੋਵੇ, ਉਹ ਝੰਡੇ ਦੀ ਗੱਲ ਕਰ ਰਹੀ ਹੈ। ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਯੂਪੀ ਦੇ ਵਿੱਚ ਮੋਦੀ ਸਰਕਾਰ ਨੇ ਜੋਗੀ ਨਿਤਿਆਨਾਥ ਨੇ ਜਿਹੜਾ ਆਪਣਾ ਝੰਡਾ ਸੀਗਾ ਉਹ ਭਗਵਾ ਝੰਡਾ ਉੱਪਰ ਰੱਖਿਆ ਅਤੇ ਤਿਰੰਗਾ ਝੰਡਾ ਨੀਵਾਂ ਰੱਖਿਆ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਜਿਹੜੀ ਬੀਜੇਪੀ ਦੇ ਆਪਣੇ ਦਫ਼ਤਰ ਦੇ ਉੱਤੇ ਸਿਰਫ ਜਿਹੜਾ ਭਗਵਾ ਝੰਡਾ ਹੀ ਲਹਿਰਾਇਆ, ਤਿਰੰਗਾ ਝੰਡਾ ਨਹੀਂ ਲਹਿਰਾਇਆ। ਸੋ ਜੋ ਕੁਛ ਵੀ ਉੱਥੇ ਵਾਪਰਿਆ ਉਹ ਇੱਕ ਸ਼ਡਿਅੰਤਰ ਸੀਗਾ। ਜੋ ਬੰਦਿਆਂ ਨੇ ਉੱਥੇ ਉੱਧਰ ਪਾਸੇ ਗਏ ਉਹ ਸਰਕਾਰ ਨਾਲ ਮਿਲ ਕੇ ਗਏ ਨੇਗੇ, ਅਸੀਂ ਉਹਨਾਂ ਦੀ ਨਿੰਦਿਆ ਕਰਦੇ ਹਾਂ। ਅਤੇ ਦੂਸਰੀ ਗੱਲ ਇਹ ਹੈ ਕਿ ਉਹਨਾਂ ਨੇ ਸਿਰਫ ਜਿਹੜਾ ਗੋਦੀ ਮੀਡੀਆ ਸੀਗਾ, ਖਾਸ ਕਰਕੇ ਜਿਹੜੇ ਕੁਛ ਮੀਡੀਆ ਬਕਾਊ ਮੀਡੀਆ ਨੇ ਲੋਕ ਨੇਗੇ, ਉਹਨਾਂ ਨੇ ਸਿਰਫ ਉਹੀ ਚੀਜ਼ ਸੀਨ ਵਾਰ ਵਾਰ ਦਿਖਾਉਂਦੇ ਰਹੇ। ਜਿਹੜਾ ਅਸਲ ਮਾਰਸ ਸੀ, ਜਿੱਥੇ ਲੋਕਾਂ ਨੂੰ ਕਿਸਾਨਾਂ ਦਾ ਸਮਰਥਨ ਹੋਇਆ ਸੀ, ਉਸ ਪਾਸੇ ਵੱਲ ਉਹਨਾਂ ਨੇ ਧਿਆਨ ਨਹੀਂ ਦਿੱਤਾ ਹੈਗਾ। ਸੋ ਇੱਕ ਲੜੀ ਹੈ ਜਿਹੜੀ ਸਦਭਾਵਨਾ ਦੀ, ਅਸੀਂ ਇਸ ਦਿਨ ਦੇ ਉੱਤੇ ਅੱਜ ਭੁੱਖ ਹੜਤਾਲ ਰੱਖੀ ਹੈ ਸਮੁੱਚੇ ਲੋਕਾਂ ਨੇ, ਸਮੁੱਚੇ ਕਿਰਤੀ ਵਰਗ ਦੇ ਲੋਕਾਂ ਨੇ, ਸਾਰੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਅੱਜ ਅਸੀਂ ਸਾਰੇ ਇੱਥੇ ਬੈਠੇ ਹਾਂ। ਸਾਡਾ ਇੱਕ ਮੈਸੇਜ ਹੈ, ਇੱਕ ਸੁਨੇਹਾ ਹੈ ਸਾਡੇ ਲੋਕਾਂ ਨੂੰ ਅਤੇ ਉਸ ਜਿਹੜੀ ਸਰਕਾਰ ਨੂੰ ਕਿ ਤੁਸੀਂ ਸਾਨੂੰ ਧਰਮਾਂ ਦੇ ਆਧਾਰ 'ਤੇ ਵੰਡ ਕੇ ਪਾੜਿਆ। ਇੱਕ ਗੱਲ ਮੈਂ ਹੋਰ ਗੱਲ ਕਹਿਣੀ ਚਾਹਾਂਗਾ ਕਿ ਦਿੱਲੀ ਦੇ ਵਿੱਚ ਦੇਖੋ ਇੱਕ ਜਿਹੜਾ ਇਹਨਾਂ ਨੇ ਇੱਕ ਸਿਸਟਮ ਕੀਤਾ ਸੀ ਗਾਜ਼ੀਪੁਰ ਦੇ ਉੱਤੇ, ਹੇਠਾਂ ਕਿਸਾਨਾਂ ਦੇ ਨੂੰ ਉੱਥੇ ਮਾਰ ਮਰਾਈ ਕਰਤੀ ਸੀ, ਉੱਥੋਂ ਦੇ MLA ਨੇ ਆਪਣੇ ਜਿਹੜੇ RSS ਦੇ ਗੁੰਡੇ ਲਿਜਾ ਕੇ, ਇਹ ਬਿਲਕੁਲ ਉਹੀ ਦਿੱਲੀ ਦੰਗਿਆਂ ਵਾਲਾ ਕੰਮ ਕੀਤਾ ਸੀ ਜਿਵੇਂ ਦਿੱਲੀ ਦੰਗਿਆਂ ਦੇ ਵਿੱਚ ਇਹਨਾਂ ਨੇ ਯੂਪੀ ਦੇ ਵਿੱਚੋਂ ਲਿਆ ਕੇ 30-30 ਹਜ਼ਾਰ ਦੇ ਉੱਤੇ ਗੁੰਡੇ ਉੱਥੇ ਮੁਸਲਮਾਨ ਮਰਵਾਏ ਸੀ, ਉਹੀ ਜਿਹੜਾ ਪ੍ਰੋਗਰਾਮ ਸੀ ਉਹ ਇੱਥੇ ਵੀ ਇਹੀ ਕਰਨਾ ਚਾਹੁੰਦੇ ਸੀਗੇ। ਲੇਕਿਨ ਮੈਂ ਉਹਨਾਂ ਜਿਹੜੇ ਸਾਡੇ ਆਗੂ ਨੇ, ਕਿਸਾਨ ਆਗੂ ਖਾਸ ਕਰਕੇ ਟਿਕੈਤ ਸਾਹਿਬ ਨੂੰ ਮੈਂ ਕਹੂੰਗਾ ਕਿ ਉਹ ਯੂਪੀ ਦਾ ਸ਼ੇਰ ਹੈ ਜਿਸਨੇ ਬੜਾ ਮੌਕਾ ਸਾਂਭਿਆ, ਜਿਸਨੇ ਪਾਣੀ ਤੱਕ ਦਾ ਬਾਈਕਾਟ ਕੀਤਾ ਔਰ ਉਸਨੇ ਆਪਣੇ ਪਿੰਡ ਤੋਂ ਪਾਣੀ ਮੰਗਵਾ ਕੇ ਪੀਤਾ ਅਤੇ ਅੱਜ 5 ਲੱਖ ਦਾ ਇਕੱਠ ਉਸ ਜਿਹੜੇ ਆਗੂ ਦੇ ਨਾਲ ਖੜ੍ਹਾ। ਅਤੇ ਜਿਸ ਤਰ੍ਹਾਂ ਉਹਨਾਂ ਨੇ ਸਿੰਘੂ ਬਾਰਡਰ 'ਤੇ ਵੀ ਇਹੀ ਇੱਕ ਜਿਹੜਾ ਦਿੱਲੀ ਦੰਗਿਆਂ ਵਾਲਾ ਵਰਤਾਰਾ ਕਰਨ ਦੀ ਕੋਸ਼ਿਸ਼ ਕੀਤੀ, ਟਿੱਕਰੀ ਬਾਰਡਰ 'ਤੇ ਵੀ ਕੋਸ਼ਿਸ਼ ਕੀਤੀ, ਸੋ ਉਸ ਤਰ੍ਹਾਂ ਦੇ ਜਿਹੜੇ ਵਰਤਾਰੇ ਨੇ ਸਾਰੇ ਉਹ ਸਾਰੇ ਅੱਛੀ ਤਰ੍ਹਾਂ ਅੱਜ ਸਾਡਾ ਜਿਹੜਾ ਸਮਾਜ ਆ ਉਹ ਸਮਝ ਚੁੱਕਿਆ। ਅਸੀਂ ਭਾਰਤ ਵਰਸ਼ ਦੇ ਲੋਕ ਹਾਂ, ਸਾਡਾ ਨਾਰਾ ਇੱਕੋ ਹੀ ਹੈ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ, ਅਸੀਂ ਹਾਂ ਸਾਰੇ ਭਾਈ ਭਾਈ। ਸੋ ਇਸ ਨਾਰੇ ਨੂੰ ਕਾਇਮ ਕਰਦੇ ਹੋਏ ਅਸੀਂ ਆਪਣੀ ਕਿਰਤ ਬਚਾਉਣੀ ਹੈ, ਆਪਣੀ ਫਸਲ ਬਚਾਉਣੀ ਹੈ, ਆਪਣੀ ਜ਼ਮੀਨ ਬਚਾਉਣੀ ਹੈ। ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਇੱਥੇ ਉਦਾਹਰਨ ਦੇਣਾ ਚਾਹੁੰਦਾ ਕਿ ਲੋਕਡਾਊਨ ਦੇ ਵਿੱਚ ਜਿਹੜਾ ਇਹਦਾ ਭਾਅ ਸੀਗਾ ਆਪਣਾ ਘਿਓ ਦਾ, ਰਿਫਾਇੰਡ ਦਾ, ਉਹ ਸੀਗਾ ਤਕਰੀਬਨ ਕੋਈ 1200-1300 ਰੁਪਏ ਅਤੇ ਅੱਜ ਉਹ ਹੈਗਾ 2100-2200 ਰੁਪਏ। ਉਹ ਪਤਾ ਲੱਗਿਆ ਕਿ ਉਹ ਅਡਾਨੀ ਨੇ ਉਸ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਉਹਨੇ ਆਪਣਾ ਜਿਹੜਾ ਨਵਾਂ ਰੇਟ ਉਹ ਖੋਲ੍ਹ ਦਿੱਤਾ। ਤੁਸੀਂ ਆਮ ਦੇਖੋ ਕਿ ਮੱਕੀ ਦਾ ਰੇਟ ਜਿਹੜਾ 900 ਰੁਪਏ ਕਿਲੋ ਹੈ, ਜਿਹੜਾ ਮੱਕੀ ਹੈ,
ਤੇ ਜਦੋਂ ਉਹਦੇ ਮੌਲ ਦੇ ਵਿੱਚ ਆ ਜਾਂਦੀ ਹੈ ਉਹ 150 ਰੁਪਏ ਕਿਲੋ ਹੋ ਜਾਂਦੀ ਹੈ ਸੋ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਫਸਲਾਂ ਨੇ ਸਾਡੀਆਂ ਉਹ ਇਹਨਾਂ ਨੂੰ ਸੋਨਾ ਬਣਾ ਕੇ ਵੇਚਣਗੇ ਪੂੜੀਆਂ 'ਚ ਬਣਾ ਕੇ ਵੇਚਣਗੇ ਜ਼ਖੀਰੇਬਾਜ਼ੀ ਕਰਨਗੇ ਤੇ ਸਾਡੇ ਲੋਕਾਂ ਨੂੰ ਭੁੱਖੇ ਮਾਰਨਗੇ ਸੋ ਲੋਕ ਕਦੇ ਭੁੱਖੇ ਨਹੀਂ ਮਰਦੇ ਲੋਕ ਹਮੇਸ਼ਾ ਸੰਘਰਸ਼ ਦੇ ਰਾਹ ਤੇ ਪੈਂਦੇ ਨੇ ਅਸੀਂ ਅੱਜ ਵੀ ਇਸ ਗੱਲ ਦਾ ਦਾਅਵਾ ਕਰਦੇ ਹਾਂ ਕਿ ਸਾਡਾ ਜਿਹੜਾ ਸੰਘਰਸ਼ ਹੈ ਉਹ ਸ਼ਾਂਤਮਈ ਹੈ ਤੇ ਸ਼ਾਂਤਮਈ ਹੀ ਰਹੂਗਾ ਕੇਵਲ ਜੀ ਜੇ ਆਪਾਂ ਗੱਲ ਕਰੀਏ 26 ਜਨਵਰੀ ਤੇ ਵੀ 26 ਜਨਵਰੀ ਤੋਂ ਬਾਅਦ ਵੀ ਜਿਹੜਾ ਕਿਸਾਨਾਂ ਵੱਲੋਂ ਵੱਡੇ ਉੱਥੇ ਕੀਤੇ ਗਏ ਆ ਪ੍ਰਦਰਸ਼ਨ ਪਰ ਸਰਕਾਰ ਨੇ ਲਾਲ ਕਿਲੇ ਵਾਲੇ ਪਾਸੇ ਹੀ ਦਿਖਾ ਕੇ ਇਕੱਲਾ ਉਹੀ ਚਲਾਤਾ ਇਹ ਨਹੀਂ ਲੱਗਦਾ ਕਿਤੇ ਵੀ ਜਿਹੜਾ ਕਿਸਾਨਾਂ ਦਾ ਅਸਲੀ ਮਾਰਚ ਸੀ ਉਹਨੂੰ ਦਬਾਇਆ ਗਿਆ ਸਰਕਾਰ ਵੱਲੋਂ ਉਹ ਇੱਥੇ ਕਾਮਯਾਬ ਹੋਈ ਆ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਇਹ ਤਾਂ ਆਪਾਂ ਨੂੰ ਸਿੱਧਾ ਦੇਖੋ ਜਿਹੜਾ ਉਹ ਗੋਦੀ ਮੀਡੀਆ 'ਤੇ ਵੀ ਦੇਖਦੇ ਆ ਜੇਕਰ ਸੁਚੇਤ ਲੋਕ ਦੇਖਣ ਕਿ ਲਾਲ ਕਿਲੇ ਦੇ ਕੋਲ 26 ਜਨਵਰੀ ਨੂੰ ਕੀੜੀ ਤੱਕ ਨਹੀਂ ਲੰਘਣ ਦਿੱਤੀ ਜਾਣੀ ਕਿ ਕੋਈ ਇਕੱਲਾ ਕਹਿ ਰਿਹਾ ਬੰਦਾ ਉੱਥੇ ਤੱਕ ਨਹੀਂ ਜਾਣ ਦਿੱਤਾ ਜਾਂਦਾ ਜਿਹੜਾ ਗੋਦੀ ਮੀਡੀਆ ਵੀ ਦਿਖਾ ਰਿਹਾ ਹੈਗਾ ਉਹਦੇ ਸਾਫ ਦਿਖ ਰਿਹਾ ਹੈਗਾ ਕਿ ਜਿਹੜੇ ਲੋਕ ਲਾਲ ਕਿਲੇ ਦੇ ਵਿੱਚ ਗਏ ਨੇ ਗੇ ਜਿਨ੍ਹਾਂ ਨੇ ਝੰਡਾ ਚੜ੍ਹਾਇਆ ਗਾ ਉਹ ਲੋਕ ਕਿਵੇਂ ਲਾਲ ਕਿਲੇ ਤੱਕ ਪਹੁੰਚ ਗਏ ਅਤੇ ਫਿਰ ਉਸ ਤੋਂ ਬਾਅਦ ਪੁਲਿਸ ਅਤੇ ਜਿਹੜੀ ਉੱਥੋਂ ਦੀ ਜਿਹੜੀ ਫੋਰਸ ਹੈਗੀ ਉਹ ਉੱਥੇ ਹਰਕਤ 'ਚ ਆਉਂਦੀ ਹੈਗੀ ਉਹ ਸਾਨੂੰ ਸਾਫ ਪਤਾ ਹੈਗਾ ਕਿ ਉੱਥੋਂ ਦੀ ਜਿਹੜੀ ਸਰਕਾਰ ਦੇ ਬੰਦੇ ਛੱਡੇ ਹੋਏ ਆ ਉਹਨਾਂ ਨੇ ਸਾਡੇ ਜਿਹੜੇ ਇੱਥੋਂ ਦੇ ਕਿਸਾਨ ਗਏ ਸੀਗੇ ਉਹਨਾਂ ਨੂੰ ਬਹਿਕਾਵੇ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਬਹਿਕਾਵੇ ਦੇ ਵਿੱਚ ਲਿਆ ਕੇ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈਗਾ ਕਾਰਨ ਕੀ ਹੈਗਾ ਉਹਨਾਂ ਨੇ ਫਿਰਕਾ ਪ੍ਰਸਤੀ ਜਿਹੜੀ ਹੈਗੀ ਹੈਗੀ ਜਥੇਬੰਦੀ ਹੈਗੀ ਪਾਰਟੀ ਹੈਗੀ ਜਿਹੜੀ ਭਾਜਪਾ ਪਰ ਅੱਜ ਮਸਲਾ ਜਿਹੜਾ ਇਹ ਕਿਸੇ ਧਰਮ ਦਾ ਕਿਸੇ ਫਿਰਕੇ ਦਾ ਨਹੀਂ ਗਾ ਇਹ ਮਸਲਾ ਸਾਡੀ ਰੋਟੀ ਦਾ ਵੀਰ ਇਸ ਕਰਕੇ ਲੋਕ ਜਾਗ ਚੁੱਕੇ ਨੇਗੇ ਸਰਕਾਰ ਤਰ੍ਹਾਂ ਤਰ੍ਹਾਂ ਦੀਆਂ ਸਾਨੂੰ ਪਹਿਲਾਂ ਲਾਲਚ ਦਿੰਦੇ ਰਹੇ ਹੈਗੇ ਡਰਾਵੇ ਦਿੰਦੇ ਰਹੇ ਹੈਗੇ ਪਰ ਅੱਜ ਅਸੀਂ ਮੋਦੀ ਸਰਕਾਰ ਹੋਵੇ ਬੇਸ਼ੱਕ ਕੋਈ ਮਰਜ਼ੀ ਸਰਕਾਰ ਆ ਜਾਵੇ ਪਰ ਜਿਹੜੀ ਸਾਡੇ ਤੋਂ ਰੋਟੀ ਖੋਵੇਗੀ ਸਾਨੂੰ ਰੁਜ਼ਗਾਰ ਦਾ ਪ੍ਰਬੰਧ ਨਹੀਂ ਕਰੇਗੀ ਅਤੇ ਜਿਹੜੀ ਸਾਨੂੰ ਲੋਕਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰੇਗੀ ਜਿਹੜੀਆਂ ਸਰਕਾਰਾਂ ਸਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰਾਂ ਦੇ ਇਨਸਾਫ ਨਹੀਂ ਦਵਾਉਣਗੀਆਂ ਉਹ ਸਰਕਾਰਾਂ ਨੂੰ ਹੁਣ ਲੋਕ ਅੰਦੋਲਨਾਂ ਦੇ ਰੂਪ ਵਿੱਚ ਆਪਣਾ ਜਿਹੜਾ ਜਵਾਬ ਦੇਣਗੇ ਉੱਡਾ ਜੀ ਆਪਾਂ ਗੱਲ ਕਰੀਏ ਅੱਜ ਵੀ ਜਿਹੜੀ ਭੁੱਖ ਹੜਤਾਲ ਦੀ ਕੌਲ ਆ ਇੱਥੇ ਭੁੱਖ ਹੜਤਾਲ ਕੀਤੀ ਹੋਈ ਆ ਤੁਹਾਡੇ ਵੱਲੋਂ ਸੰਘਰਸ਼ ਲਗਾਤਾਰ ਪਹਿਲਾਂ ਤੋਂ ਹੀ ਜਾਰੀ ਹੈਗਾ ਕੀ ਕਹੋਗੇ ਤੁਸੀਂ ਕਿਵੇਂ ਦੇਖਦੇ ਹੋ ਕਿੰਨਾ ਸਮਾਂ ਇਹ ਲੰਬਾ ਚੱਲਣਾ ਪੈ ਸਕਦਾ ਜਿਹੜਾ ਕੇਂਦਰ ਸਰਕਾਰ ਹੈ ਕਿਉਂਕਿ ਉਹ ਕੋਈ ਵੀ ਵਾਜਬ ਹੱਲ ਨਹੀਂ ਕੱਢ ਰਹੀ ਇਕੱਲੀਆਂ ਗੱਲਾਂ ਕਰ ਰਿਹਾ ਕੀ ਦੇਖਦੇ ਹੋ ਦੇਖੋ ਅੱਜ ਸੰਯੁਕਤ ਕਿਸਾਨ ਮੋਰਚਾ ਸਦਭਾਵਨਾ ਦਿਵਸ ਮਨਾ ਰਿਹਾ ਅੱਜ ਮਹਾਤਮਾ ਗਾਂਧੀ ਜੀ ਦਾ ਸ਼ਹੀਦੀ ਦਿਹਾੜਾ ਅੱਜ ਦੇ ਦਿਨ ਦੇਸ਼ ਦੇ ਪਹਿਲੇ ਅੱਤਵਾਦੀ ਨੇ ਮਹਾਤਮਾ ਗਾਂਧੀ ਦੀ ਛਾਤੀ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਜਿੱਥੋਂ ਤੱਕ ਅੰਦੋਲਨ ਲੰਮਾ ਚੱਲਣਾ ਅੱਜ ਉਹੀ ਨੱਥੂ ਰਾਮ ਗੋਡਸੇ ਜਿਹਨੇ ਮਹਾਤਮਾ ਗਾਂਧੀ ਦੀ ਹਿੱਕ 'ਚ ਗੋਲੀਆਂ ਮਾਰੀਆਂ ਅੱਜ ਦੇਸ਼ ਦੀ ਬਦਕਿਸਮਤੀ ਹੈ ਭਾਰਤ ਦੀ ਬਦਕਿਸਮਤੀ ਹੈ ਵੀ ਦਿੱਲੀ ਦੀ ਹਕੂਮਤ ਉਹਨਾਂ ਦੇ ਹੱਥ ਹੈ ਉਹਨਾਂ ਦੀ ਵਿਚਾਰਧਾਰਾ ਦੇ ਉਹਨਾਂ ਦੇ ਪੈਰੋਕਾਰਾਂ ਦੇ ਹੱਥ ਹੈ ਲੰਬਾ ਚੱਲਣਾ ਦੇਖੋ 26 ਜਨਵਰੀ ਨੂੰ ਹਿੰਦੁਸਤਾਨ ਦੇ ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ ਮਾਰਚ ਮਤਲਬ ਹਿੰਦੁਸਤਾਨ ਦੇ ਕਿਸਾਨਾਂ ਨੇ ਕੀਤਾ ਪੰਜਾਬ ਭਾਰਤ ਦੇ ਕਿਸਾਨਾਂ ਨੇ ਕੀਤਾ ਔਰ ਇਤਿਹਾਸ ਦੱਸਦਾ ਵੀ 3.5 ਲੱਖ ਤੋਂ ਵੱਧ ਟਰੈਕਟਰ ਉਹ ਪਰੇਡ ਦੇ ਵਿੱਚ ਸ਼ਾਮਿਲ ਹੋਇਆ ਲਾਲ ਕਿਲੇ ਦੀ ਜਿਹੜੀ ਘਟਨਾ ਮਤਲਬ ਮੋਦੀ ਸਰਕਾਰ ਨੇ ਏਜੰਸੀਆਂ ਦੇ ਸਹਾਰਿਆਂ ਦੇ ਨਾਲ ਘਟੀ ਹੈ ਜੋ ਅੰਦੋਲਨ ਦੇ ਕੁਛ ਵਿੱਚ ਸ਼ਾਮਿਲ ਜਿਹੜੇ ਕਾਲੀਆਂ ਭੇਡਾਂ ਸੀ ਉਹਨਾਂ ਦਾ ਸਹਾਰਾ ਲੈ ਕੇ ਮਤਲਬ ਇਹ ਘਟਵਾਈ ਹੈ ਉਹਦਾ ਲਾਹਾ ਲੈ ਕੇ ਅੱਜ ਇਹ ਅੰਦੋਲਨ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਪਰ ਇੱਕ ਗੱਲ ਸਾਫ਼ ਹੈ ਕਿ ਮੋਦੀ ਸਰਕਾਰ ਦੀ ਚਾਲ ਅਤੇ ਚਰਿੱਤਰ ਹੈ ਜਿਹੜਾ ਉਹ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਦੇਸ਼ ਦੀ ਆਵਾਮ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਇਹ ਅੰਦੋਲਨ ਕਿੰਨਾ ਵੀ ਲੰਬਾ ਚੱਲਿਆ ਜਾ ਸਕਿਆ ਚੱਲੇਗਾ ਔਰ ਜਨ ਆਵਾਮ ਹੋ ਗਿਆ ਹੁਣ ਤੁਸੀਂ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਹਿੰਦੁਸਤਾਨ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਯੂਪੀ ਬਿਹਾਰ ਦੇ ਵਿੱਚੋਂ ਲਗਾਤਾਰ ਕਾਫਲੇ ਉੱਥੇ ਦਿੱਲੀ ਜਾ ਰਹੇ ਨੇ ਜਿਹੜੀਆਂ ਕੱਲ੍ਹ ਦੀਆਂ ਪਰਸੋਂ ਦੀਆਂ ਘਟਨਾਵਾਂ RSS ਦੇ ਬੰਦਿਆਂ ਨੇ ਉੱਥੇ ਕੀਤੀਆਂ ਨੇ ਉਹਦਾ ਜਵਾਬ ਦੇਣ ਲਈ ਇਹ ਅੰਦੋਲਨ ਉਹਨਾਂ ਤੱਕ ਚੱਲੇਗਾ ਜਿੰਨਾ ਤੱਕ ਮੋਦੀ ਸਰਕਾਰ ਨੂੰ ਮੂੰਹ ਦੀ ਨਹੀਂ ਖਾਣੀ ਪੈਣੀ ਇਹ ਕਾਲੇ ਕਾਨੂੰਨ ਵਾਪਸ ਮਤਲਬ ਲੈ ਜਾਣਗੇ ਔਰ ਇਹ ਕਾਲੇ ਕਾਨੂੰਨਾਂ ਦੇ ਵਾਪਸੀ ਤੋਂ ਬਾਅਦ ਜਿਹੜਾ ਦੇਸ਼ ਦੇ ਸ਼ਹੀਦਾਂ ਨੇ ਜਿਹੜਾ ਮਹਾਤਮਾ ਗਾਂਧੀ ਵਰਗਿਆਂ ਨੇ ਜਿਹੜਾ ਕਰਤਾਰ ਸਿੰਘ ਸਰਾਭੇ ਵਰਗਿਆਂ ਨੇ ਜਿਹੜਾ ਸ਼ਹੀਦ ਭਗਤ ਸਿੰਘ ਵਰਗਿਆਂ ਨੇ ਸੁਪਨਾ ਦੇਖਿਆ ਸੀ ਸਾਡੇ ਦੇਸ਼ ਦਾ ਸਾਂਝੀ ਬਾਲਤਾ ਦਾ ਜਿਹੜਾ ਇਹ ਏਕਤਾ ਅਤੇ ਅਨੇਕਤਾ ਦਾ ਸੁਪਨਾ ਦੇਖਿਆ ਸੀ ਉਹ RSS ਉਹ BJP ਜਿਹੜੀ ਦੇਸ਼ ਨੂੰ ਪਟਣਾ ਚਾਹੁੰਦੀ ਆ ਧਰਮਾਂ ਦੇ ਨਾਂ 'ਤੇ ਜਾਤਾਂ ਦੇ ਨਾਂ 'ਤੇ ਭਾਸ਼ਾਵਾਂ ਦੇ ਨਾਂ 'ਤੇ ਵੰਡੀਆਂ ਪਾਉਣਾ ਚਾਹੁੰਦੀ ਆ ਉਹਦਾ ਜਵਾਬ ਵੀ ਇਹ ਅੰਦੋਲਨ ਨੇ ਦੇ ਦਿੱਤਾ ਉਹਨਾਂ ਨੂੰ ਔਰ ਇਹ ਹੁਣ ਕਿਤੇ ਵੀ ਭੁਲੇਖੇ ਦੇ ਵਿੱਚ ਨਾ ਰਹਿਣ ਭਾਰਤ ਇਕੱਠਾ ਰਹੇਗਾ ਔਰ ਭਾਰਤ ਦੀ ਏਕਤਾ ਦੇ ਵਿੱਚ ਅਨੇਕਤਾ ਵਾਲੀ ਜਿਹੜੀ ਬਨਸਬੰਨਤਾ ਹੈ ਉਹ ਵੀ ਜਿਉਂ ਦੀ ਤਿਉਂ ਇਤਿਹਾਸਕ ਪਰੰਪਰਾਵਾਂ ਰਹਿਣਗੀਆਂ ਜਿਹੜਾ ਲੋਕਤੰਤਰ ਹੈ ਉਹ ਵੀ ਇਸ ਦੇਸ਼ ਦਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਰਹੇਗਾ RSS ਨੂੰ ਮੂੰਹ ਦੀ ਖਾਣੀ ਪਏਗੀ ਮੋਦੀ ਨੂੰ ਮੂੰਹ ਦੀ ਖਾਣੀ ਪਏਗੀ ਔਰ ਲੋਕਾਂ ਦੀ ਜਿੱਤ ਹੋਏਗੀ ਜਿਹੜਾ ਤੁਹਾਡਾ
ਭੁੱਖ ਹੜਤਾਲ ਆ ਉਹ ਅੱਜ ਦਾ ਨਹੀਂ ਰਹੂ ਜਾਂ ਇਦੋਂ ਬਾਅਦ ਵੀ ਜ਼ਰੂਰਤ ਪੈਂਦਾ ਚੱਲੂਗੀ? ਭੁੱਖ ਹੜਤਾਲ ਦਾ ਜਿਹੜਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਅੱਜ ਦਾ ਦੇਸ਼ ਵਿਆਪੀ ਹੈ, ਉਹ ਅੱਜ ਦਾ ਦਿਨ ਹੀ ਹੈ। ਇਦੋਂ ਬਾਅਦ ਅਸੀਂ ਮਤਲਬ ਦਿੱਲੀ ਦੇ ਜਿਹੜੇ ਮੋਰਚੇ ਦੀਆਂ ਕੱਲ ਆਉਣਗੀਆਂ ਉਹ ਕਰਾਂਗੇ। ਕੱਲ੍ਹ ਤੋਂ ਬਾਅਦ ਅਸੀਂ ਜਿਹੜਾ ਸੰਯੁਕਤ ਮੋਰਚਾ ਕਿਸਾਨ ਮੋਰਚਾ ਮਾਨਸਾ ਹੈ ਉਹ ਕੱਲ੍ਹ ਤੋਂ ਪਿੰਡਾਂ ਦੇ ਵਿੱਚ ਤੁਰੇਗਾ। ਅਸੀਂ ਪਿੰਡਾਂ ਦੇ ਵਿੱਚ ਜਿਹੜਾ ਮੀਡੀਆ ਪ੍ਰਚਾਰ ਕਰ ਰਿਹਾ, ਜਿਹੜਾ ਇਲੈਕਟ੍ਰੋਨਿਕ ਮੀਡੀਆ ਕਾਰਪੋਰੇਟ ਘਰਾਣਿਆਂ ਦੇ ਪੱਖੀ ਮੀਡੀਆ ਉਹ ਪੇਸ਼ ਕਰ ਰਿਹਾ ਵੀ ਲੋਕ ਉੱਥੋਂ ਉੱਠ ਉੱਠ ਆ ਰਿਹਾ, ਆਸੇ ਪਾਸੇ ਵਾਲੇ ਲੋਕ ਉਹਨਾਂ ਅੰਦੋਲਨਾਂ 'ਤੇ ਹਮਲਾ ਕਰ ਰਹੇ ਨੇ, ਉਹਦਾ ਜਵਾਬ ਦੇਣ ਲਈ ਲੋਕਾਂ ਨੂੰ ਕੱਲ੍ਹ ਨੂੰ ਜਥਾ ਮਾਰਚ ਅਸੀਂ ਸ਼ੁਰੂ ਕਰਾਂਗੇ। ਤੜਕੇ ਖਿਆਲਾ ਪਿੰਡ ਦੇ ਉੱਤੋਂ ਸ਼ੁਰੂ ਕਰਾਂਗੇ ਔਰ 5 ਦਿਨ ਅਸੀਂ ਉਹ ਜਥਾ ਮਾਰਚ ਚਲਾਵਾਂਗੇ 5 ਫਰਵਰੀ ਤੱਕ। 6 ਫਰਵਰੀ ਨੂੰ ਇੱਥੇ ਹੀ ਅਸੀਂ ਵੱਡੀ ਰੈਲੀ ਕਰਾਂਗੇ ਅਤੇ ਇਹ ਸਾਡਾ ਜਥਾ ਮਾਰਚ ਦਾ ਪਰਪਰ ਅਤੇ 6 ਫਰਵਰੀ ਦੀ ਰੈਲੀ ਦਾ ਇੱਕੋ ਇੱਕ ਮਕਸਦ ਆ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਦਿੱਲੀ ਭੇਜੀਏ ਔਰ ਜਿਹੜੇ ਤੌਖਲੇ ਉਹ ਖੜ੍ਹੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਤਰ੍ਹਾਂ ਦਾ ਉਹ ਮਤਲਬ ਹਮਲੇ ਅੰਦੋਲਨ 'ਤੇ ਕਰਨਾ ਚਾਹ ਰਹੇ ਨੇ ਕਾਰਪੋਰੇਟ ਔਰ ਫਾਸੀਵਾਦੀ ਤਾਕਤਾਂ, ਉਹਦਾ ਜਵਾਬ ਅਸੀਂ ਲੋਕਾਂ ਦੀ ਆਵਾਮ ਨੂੰ ਇਕੱਠਾ ਕਰਕੇ ਉੱਥੇ ਵੱਡੇ ਮੋਰਚੇ ਕਰਕੇ ਲੰਮਾ ਸਮਾਂ ਇਹਨੂੰ ਚਲਾ ਕੇ ਦੇਵਾਂਗੇ। ਇਹ ਮਤਲਬ ਸਾਡਾ ਮਕਸਦ ਹੈ। ਆਪਾਂ ਗੱਲ ਕਰੀਏ ਕੇਂਦਰ ਸਰਕਾਰ ਵੱਲੋਂ ਜਿਵੇਂ ਗੱਲਾਂ ਉੱਥੇ ਪੇਸ਼ ਕੀਤੀਆਂ ਜਾ ਰਹੀਆਂ, ਦਿਖਾਈਆਂ ਜਾ ਰਹੀਆਂ ਨੇ ਕਿ ਉੱਥੇ ਫੌਜਾਂ ਲਾਤੀਆਂ ਨੇ, ਉੱਥੇ ਜਿਹੜਾ ਪਰਚੇ ਦੁਆਰਾ ਹੁਣ ਨਵੇਂ ਦਰਜ ਹੋਣ ਜਾ ਰਹੇ ਆ ਅਤੇ ਉੱਥੇ ਜਲਦ ਤੋਂ ਜਲਦ ਸਭ ਨੂੰ ਕਾਬੂ ਕਰ ਲਿਆ ਜਾਊਗਾ, ਕਿਵੇਂ ਦੇਖਦੇ ਤੁਸੀਂ, ਕੀ ਕਹੋ? ਇਹ ਜੋ ਵੀ ਹੋ ਰਿਹਾ ਬਹੁਤ ਹੀ ਮਾੜਾ ਹੋ ਰਿਹਾ ਅਤੇ ਉਹਦੇ ਵਿੱਚ ਇਹ ਆ ਕਿ ਜਿਹੜੀ ਪਬਲਿਕ ਆ, ਜਿਹੜੇ ਇੰਨੇ ਲੋਕ ਉੱਥੇ ਇਕੱਠੇ ਹੋਏ ਆ, ਉਹਨਾਂ ਨੂੰ ਘਟਾਉਣ ਦੇ ਵਾਸਤੇ ਅਤੇ ਉਹਨਾਂ ਦੇ ਪਿੱਛੇ ਫੋਨ ਕਰਾਉਣ ਵਾਸਤੇ ਵੀ ਲੋਕਾਂ ਦੇ ਵਿੱਚ ਹਾਹਾਕਾਰ ਮੱਚ ਜਾ ਵੀ ਇੱਥੇ ਪਰਚਾ ਹੋ ਜੂਗਾ, ਇਹ ਹੋ ਜੂਗਾ, ਵਾਹ ਹੋ ਜੂਗਾ, ਵੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਪਿੱਛੇ ਮੋੜਨ ਵਾਸਤੇ, ਪਬਲਿਕ ਨੂੰ ਘਟਾਉਣ ਵਾਸਤੇ ਇਹ ਇੱਕ ਧਮਕਾਉਣ ਵਾਲੀ ਗੱਲ ਆ ਕਿ ਲੋਕ ਵਾਪਸ ਆ ਜਾਣ। ਹੋਰ ਕੋਈ ਇਹ ਗੱਲ ਨਹੀਂ ਕਿ ਪਰ ਜਿਹੜੇ ਇੰਨੇ ਸਮੇਂ ਤੋਂ 2-2 ਮਹੀਨੇ ਇੱਥੇ ਪੰਜਾਬ 'ਚ ਬੈਠੇ ਰਹੇ ਆ, 2 ਮਹੀਨੇ ਬਾਰਡਰ 'ਤੇ ਹੋਣ ਵਾਲੇ ਹੋ ਚੁੱਕੇ ਆ, ਦਿੱਲੀ ਬਾਰਡਰ 'ਤੇ, ਜੰਮੂ ਬਾਰਡਰ 'ਤੇ, ਹੋਰ ਕਈ ਬਾਰਡਰਾਂ ਦੇ ਉੱਤੇ, ਪਰ ਉਹਦੇ ਵਿੱਚ ਇਹ ਆ ਕਿ ਲੋਕ ਜਿਹੜੇ ਮਨ ਬਣਾ ਕੇ ਗਏ ਆ ਵੀ ਅਸੀਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾ ਕੇ ਆਵਾਂਗੇ, ਉਹ ਵਾਪਸ ਨਹੀਂ ਮੁੜਨਗੇ, ਭਾਵੇਂ ਕਤਲ ਹੋ ਜਾਵੇ, ਭਾਵੇਂ ਕੁਛ ਵੀ ਹੋ ਜਾਵੇ, ਪਰ ਵਾਪਸ ਮੁੜਨ ਵਾਲੇ ਨਹੀਂ ਗਏ। ਬਿਲਕੁਲ, ਅੱਜ ਜਿਹੜੀ ਗੱਲ ਆ, ਅੱਜ ਸੰਯੁਕਤ ਮੋਰਚੇ ਵੱਲੋਂ ਇੱਥੇ ਭੁੱਖ ਹੜਤਾਲ ਕੀਤੀ ਹੋਈ ਆ ਅੱਜ ਦੇ ਦਿਨ ਦੇ ਲਈ, ਅਤੇ ਇਹਨਾਂ ਦਾ ਕਹਿਣਾ ਇਦੋਂ ਬਾਅਦ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲਾਮਬੰਦੀਆਂ ਕਰਾਂਗੇ, ਪਰ ਕੇਂਦਰ ਸਰਕਾਰ ਵੱਲੋਂ ਜਿਹੜੇ ਖੇਤੀ ਕਾਨੂੰਨ ਲਿਆਉਂਦੇ ਹੋਏ ਉਹਨਾਂ ਨੂੰ ਰੱਦ ਹੀ ਕਰਾਵਾਂਗੇ, ਭਾਵੇਂ ਕੇਂਦਰ ਸਰਕਾਰ ਆਪਣੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਪ੍ਰਚਾਰ ਕਰੇ ਜਾਂ ਡਰਾਉਣਾ ਧਮਕਾਉਣਾ ਚਾਹੇ ਜਿਸ ਨਾਲ ਕਿ ਇਹ ਮੋਰਚੇ ਉੱਥੋਂ ਖਤਮ ਹੋ ਜਾਣ, ਘਰਾਂ ਨੂੰ ਆ ਜਾਣ, ਪਰ ਕੇਂਦਰ ਸਰਕਾਰ ਦੀਆਂ ਇਹਨਾਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਕਿ ਅੰਤ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਹੀ ਕਰਨੇ ਪੈਣੇ ਆ। ਮੁਨੀਸ਼ ਸ਼ਰਮਾ, ਨਿਰਪੱਖ ਪੋਸਟ, ਮਾਨਸਾ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ, ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।